ਨੇ ਆ ਵੀ ਕਿਸਾਨਾਂ ਦੀ ਮਜਬੂਰੀ ਬਸ ਆਈ ਝੋਨੇ ਨੂੰ ਪਰਾਲੀ ਝੋਨੇ ਦੀ ਪਰਾਲੀ ਨੂੰ ਅੱਗ ਲਾਉਣਾ ਮਜਬੂਰੀ ਹੈ। ਅਸੀਂ ਤਾਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਸਟੈਟੀਆਂ ਦੇ ਵਿੱਚ ਸਬਸਿਡੀਆਂ ਉੱਤੇ ਬੇਲਣ ਭੇਜੇ ਜਾਣ, ਸੁਪਰ ਸੀਟਰ ਮਸ਼ੀਨਾਂ ਭੇਜੀਆਂ ਜਾਣ ਅਤੇ ਕਰਚੇ ਵੱਢਣ ਵਾਲੇ ਰੀਪਰ ਭੇਜੇ ਜਾਣ ਜੀ। ਹਰ ਇੱਕ ਸਟੈਟੀ ਦੇ ਵਿੱਚ ਘੱਟੋ ਘੱਟ 4-5 ਟਰੈਕਟਰ ਭੇਜੇ ਜਾਣ ਜੋ ਕਿ ਜਿਹੜੀ ਪੱਤੀ ਦੇ ਵਿੱਚ ਜਾਣਗੇ ਗੱਠਾਂ ਬਣਾਉਣ ਵਾਸਤੇ, ਗੱਠਾਂ ਵੀ ਚੱਕੀ ਜਾਣ, ਸਰਕਾਰ ਚੱਕੀ, ਸਰਕਾਰ ਤੋਂ ਮੰਗ ਕਰਦੇ ਹਾਂ। ਅਤੇ ਖਾਸ ਕਰਕੇ ਛੋਟੇ ਕਿਸਾਨਾਂ ਵਾਸਤੇ, ਜਿਹੜਾ ਵੱਡਾ ਕਿਸਾਨ ਉਹ ਸਬਸਿਡੀ 'ਤੇ ਮਸ਼ੀਨਰੀ ਵੀ ਲੈ ਜਾਂਦਾ ਗਾ, ਵੱਡਾ ਕਿਸਾਨ ਆਪਦੇ ਫਾਇਦੇ ਦਾ ਆਪਦਾ ਲਾਭ ਵੀ ਉਠਾ ਲੈਂਦਾ, ਪਰ ਖਾਸ ਕਰਕੇ ਜਿਹੜੇ 2 ਤੋਂ ਲੈ ਕੇ 5 ਕਿੱਲੇ ਵਾਲੇ ਕਿਸਾਨ ਨੇ ਉਹ ਮਜਬੂਰੀ ਬਸ ਹੀ ਅੱਗ ਲਾਉਂਦੇ ਨੇ। ਕੀ ਕਿਹੋ ਜਿਹਾ ਕਿਸਾਨ ਬਦਲ ਚਾਹੁੰਦੇ ਨੇ, ਕੀ ਮੰਗ ਕਰ ਰਹੇ ਨੇ ਕਿਸਾਨ ਸਰਕਾਰ ਤੋਂ ਵੀ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਓ? ਕਿਸਾਨ ਤਾਂ ਜੀ ਮੰਗ ਕਰ ਰਹੇ ਨੇ, ਜਿਵੇਂ ਹੁਣ ਐਤਕੀ ਵੱਡੀ ਪੱਧਰ 'ਤੇ ਬਾਸਪਤੀ ਝੋਨਾ ਲੱਗਿਆ ਹੈਗਾ, ਇਹਦੀ ਪਰਾਲੀ ਬਹੁਤ ਘੱਟ ਹੈਗੀ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ, ਸੈਂਟਰ ਦੀ ਸਰਕਾਰ ਤੋਂ, ਸਟੇਟਾਂ ਦੀਆਂ ਸਰਕਾਰਾਂ ਤੋਂ ਮੰਗ ਕਰਦੇ ਹਾਂ ਵੀ ਉਹਨੂੰ ਬਾਸਪਤੀ ਝੋਨੇ ਦਾ ਘੱਟੋ ਘੱਟ ਜਿਵੇਂ ਕਣਕ ਦਾ ਜਾਂ ਦੂਜੇ ਆਮ ਝੋਨੇ ਦਾ ਭਾਅ ਦਿੱਤਾ ਗਿਆ ਹੈਗਾ ਉਸ ਲੋਟੀ, ਇਹਦਾ ਭਾਅ ਵੱਢਣਾ। ਵੱਡੀ ਪੱਧਰ 'ਤੇ ਕਿਸਾਨ ਹੈ, ਇਹ ਐਟੋਮੈਟਿਕ ਹੈ ਪੀਲੀ ਪੂਸਾ ਦੇ ਵਿੱਚੋਂ ਬਾਹਰ ਆ ਕੇ ਬਾਸਪਤੀ ਝੋਨੇ ਵੱਲ ਜਾਊਗਾ। ਦੇਖੋ ਜੀ, ਅਸੀਂ ਕੋਈ ਸਾਨੂੰ ਸ਼ੌਂਕ ਨਹੀਂ ਹੈਗਾ ਅੱਗ ਲਾਉਣ ਦਾ, ਵੀ ਸਾਨੂੰ ਸ਼ੌਂਕ ਆ, ਇਹ ਸਾਨੂੰ ਮਜਬੂਰੀ ਆ। ਇਹਦਾ ਜਦੋਂ ਸਾਡੇ ਕੋਲ ਕੋਈ ਹੱਲ ਹੀ ਨਹੀਂ ਨਿਕਲਦਾ ਹੈਗਾ ਦੂ ਉੱਤੋਂ ਦੀ, ਅਸੀਂ 2-2.5 ਕਿੱਲਿਆਂ ਵਾਲੇ ਕਿਸਾਨ ਹਾਂ ਅਤੇ ਹੋਰ ਕੋਈ ਹੱਲ ਨਹੀਂ ਹੈਗਾ ਸਾਡੇ ਕੋਲ, ਅਸੀਂ ਇਹ ਤਾਂ ਕਰਕੇ ਅੱਗ ਲਾ ਰਹੇ ਹਾਂ ਜੀ। ਪਹਿਲਾਂ ਸਾਡੇ ਜਵਾਕ ਆ, ਤੂੰ ਇਹਦੇ ਵਿੱਚ ਦੇਖੋ ਕੀ ਹਾਲ ਹੁੰਦਾ ਸਾਡੇ ਬੱਚਿਆਂ ਦਾ, ਸਾਡੀ ਕੋਈ ਸੁਣਵਾਈ ਨਹੀਂ ਹੈ ਸਰਕਾਰ ਵੱਲੋਂ ਵੀ, ਸਰਕਾਰ ਕੋਈ ਨਾ ਕੋਈ ਹੱਲ ਕੱਢੇ ਇਹਦਾ, ਆਪਾਂ ਅੱਗ ਲਾਉਣ ਤੋਂ ਕੀ ਆ, ਉਹ ਮਜਬੂਰੀ ਹੈਗੀ ਜੀ, ਜਦੋਂ ਫਿਰ ਇਹ ਕਰਨਾ ਹੀ ਪੈਂਦਾ ਸਭ ਕੁਛ। ਕੀ ਹੱਲ ਚਾਹੁੰਦੇ ਹੋ? ਹੱਲ ਤਾਂ ਸਰਕਾਰ 2 ਪ੍ਰਤੀ ਏਕੜ ਜਿਵੇਂ 6,000 ਰੁਪਇਆ ਕਿੱਲਾ ਦੇਵੇ ਸਰਕਾਰ, ਉਸ ਲੋਟ 'ਤੇ ਜਿਹੜੇ ਲੋਟ 'ਤੇ ਤਰੀਕਾ, ਕੋਈ ਕਿਸਾਨ ਨਹੀਂ ਅੱਗ ਕੱਢੂਗਾ, ਸਾਰਾ ਮਸਲਾ ਸਭ ਸੈੱਟ ਹੋਜੂਗਾ ਜੀ। ਜਿਹੜੀ ਐਤਕੀ 30% ਅੱਗ ਲੱਗੀ ਹੈ, 10% ਹੋਰ ਲੱਗ ਜੂ ਮੇਰੇ ਹਿਸਾਬ ਨਾਲ, 40% ਅੱਗ ਲੱਗੀ ਹੈ ਉਹ ਛੋਟੇ ਕਿਸਾਨਾਂ ਨੇ ਲਾਈ ਹੈ, ਜਿਹਨਾਂ ਕੋਲ ਜਮੀ ਕੋਈ ਸਾਧਨ ਨਹੀਂ ਸੀਗਾ, ਜੇ 1-1.5 ਕਿੱਲਾ ਬਾਣਦਾ ਉਹਨਾਂ ਕੋਲ ਵੇਲਣ ਵੀ ਨਹੀਂ ਜਾਂਦਾ, ਜੇ ਵੇਲਣ ਜਾਂਦਾ ਤਾਂ ਉੱਥੋਂ ਟਰਾਲੇ ਨਹੀਂ ਮੁੜਦੇ, ਇਸ ਕਰਕੇ ਉਹਨਾਂ ਕੋਲ ਜਿਹੜੇ ਵੱਡੇ ਕਿਸਾਨ ਹੈ ਉਹਨਾਂ ਨੇ ਇਸ ਗੱਲ ਨੂੰ ਧਿਆਨ 'ਚ ਰੱਖਿਆ ਵੀ ਠੀਕ ਹੈ ਇਹਨੂੰ ਵਿੱਚ ਗਾਲੋ, ਨਾਲੇ ਰੇਹ ਬਣਦੀ ਹੈ ਅਤੇ ਨਾਲੇ ਜਿਹੜੀ ਹਵਾ ਖਰਾਬ ਆ ਉਹ ਨਹੀਂ ਹੁੰਦੀ, ਇਸ ਕਰਕੇ ਜਿਹੜੇ ਛੋਟੇ ਕਿਸਾਨ ਹੈ ਉਹਨਾਂ ਦੀ ਮਜਬੂਰੀ ਆ। ਜੇ ਉਹਨਾਂ ਕੰਨੀ ਸਰਕਾਰ ਨੇ ਜਾਂ ਕੋਈ ਮਹਿਕਮੇ ਨੇ ਆ ਕੇ ਪਰਚੇ ਦਰਜ ਕਰਨ ਦੀ ਗੱਲ ਕੀਤੀ ਆ ਤਾਂ ਅਸੀਂ BKU ਡਕਾਉਂਦਾ ਵੱਲੋਂ ਵਿਰੋਧ ਕਰਾਂਗੇ ਉਹਨਾਂ ਦਾ। ਅਤੇ ਇਹਦਾ ਪਰਚੇ ਕਰਨ ਨਾਲ ਜਾਂ ਡਰਾਉਣ ਨਾਲ ਇਹਦਾ ਹੱਲ ਨਹੀਂ ਹੈਗਾ, ਇਹਦਾ ਹੱਲ ਆ ਇੱਕੋ ਇੱਕ, ਜਿਵੇਂ ਐਤਕੀ ਲੋਕਾਂ ਨੇ ਅੱਗ ਘੱਟ ਲਾਈ ਆ ਕਿਸਾਨਾਂ ਨੇ, ਇਵੇਂ ਜੋ ਕਰੀ ਦਾ ਢੁਕਵਾਂ ਹੱਲ ਕੱਢੇ, ਛੋਟੇ ਕਿਸਾਨਾਂ ਨੂੰ ਕੋਈ ਨਾ ਕੋਈ ਸਬਸਿਡੀ ਦਿੱਤੀ ਜਾਵੇ, 200 ਰੁਪਇਆ ਪ੍ਰਤੀ ਕੁਆਟਲ, 6,000 ਰੁਪਇਆ ਕਿੱਲੇ ਦਾ ਜਿਹੜਾ ਬਣਦਾ ਗਾ। ਜੇ ਪਰਚੇ ਕਹਿ ਕੇ ਵੀ ਅਸੀਂ ਪਰਾਲੀ ਨੂੰ ਅੱਗ ਲਵਾ ਦਾਂਗੇ, ਹਟਾ ਦਾਂਗੇ ਪਰਾਲੀ ਨੂੰ ਅੱਗ ਲੱਗਣੋਂ, ਇਹ ਮੈਨੂੰ ਸਾਲ ਗਲਤ ਸੋਚ ਹੈ ਇਹਨਾਂ ਦੀ, ਕਿਉਂਕਿ ਛੋਟੇ ਕਿਸਾਨਾਂ ਦੀ ਮਜਬੂਰੀ ਹੈ, ਉਹ ਜੇਲ੍ਹਾਂ 'ਚ ਵੀ ਜਾਣ ਨੂੰ ਤਿਆਰ ਹੈ, ਉਹ ਖੁਦਕੁਸ਼ੀ ਵੀ ਕਰੀ ਜਾਂਦੇ ਨੇ, ਇਸ ਕਰਕੇ ਉਹਨਾਂ ਨੂੰ ਨਾ ਛੇੜਨ। ਕਈ ਪਿੰਡਾਂ ਦੇ ਵਿੱਚ ਅੱਜ ਵੀ ਗਏ ਨੇ ਮਹਿਕਮੇ ਕੰਨੀਓ, ਫਿਰ ਉੱਥੋਂ ਜਦੋਂ BKU ਡਕਾਉਂਦਾ ਦੇ ਝੰਡੇ ਦੇਖਦੇ ਆ, ਲੋਕਾਂ ਦਾ ਰੋਹ ਦੇਖਦੇ ਆ, ਅਤੇ ਫਿਰ ਮਹਿਕਮੇ ਨੂੰ ਭੱਜਣਾ ਪੈਂਦਾ। ਇਸ ਕਰਕੇ ਸਰਕਾਰ ਨੂੰ ਤਾਂ ਢੁਕਵਾਂ ਹੱਲ ਕੱਢਣਾ ਚਾਹੀਦਾ, ਨਾ ਕਿ ਪਰਚੇ, ਨਾ ਕਿ ਲਾਇਸੈਂਸ ਕੈਂਸਲ ਕਰਨੇ, ਨਾ ਕਿ ਨੰਬਰਦਾਰੀ ਡਰਾਉਣੀ ਵੀ ਨੰਬਰਦਾਰੀ ਤੇਰੀ ਕੈਂਸਲ ਕਰ ਦਾਂਗੇ, ਜਾਂ ਕੋਈ ਸਰਕਾਰੀ ਮੁਲਾਜ਼ਮ ਆ ਜਿਹੜਾ ਸਰਕਾਰੀ ਮੁਲਾਜ਼ਮ ਨੂੰ ਧਮਕਾਇਆ ਜਾਂਦਾ, ਉਹ ਬਿਲਕੁਲ ਗਲਤ ਸੋਚ ਹੈ ਇਹਨਾਂ ਦੀ। ਇੱਕੋ ਇੱਕ ਬਣਦਾ ਇਹ ਵੀ ਛੋਟੇ ਕਿਸਾਨਾਂ ਨੂੰ ਚੱਕਣ ਦੇ ਵਾਸਤੇ ਉਹਨਾਂ ਨੂੰ ਸਬਸਿਡੀ ਦਿੱਤੀ ਜਾਵੇ।